ਸੁਬਹਾ ਮੈਨੂੰ ਫੋਨ ਆਇਆ ਕਹਿੰਦੇ ਸਰਪੰਚ ਸਾਹਿਬ ਐਕਸੀਡੈਂਟ ਹੋ ਗਿਆ ਪਿੰਡ ਦਾਣਾ ਮੰਡੀ ਦੇ ਕੋਲ। ਜਦੋਂ ਤੱਕ ਮੈਂ ਗਿਆ ਉਦੋਂ ਤੱਕ 4 ਮੌਤਾਂ ਹੋ ਚੁੱਕੀਆਂ ਸੀ। ਇੱਕ ਜੋ ਗੱਡੀ ਚਲਾਉਂਦਾ ਸੀ ਡਰਾਈਵਰ ਉਹ ਬਚ ਗਿਆ ਸੀਗਾ। ਕਿੱਥੋਂ ਸੀ ਗੱਡੀ? ਇਹ ਗੱਡੀ ਸੰਗਰੂਰ ਦੇ ਏਰੀਏ 'ਚ ਦੱਸੀ ਜਾਂਦੀ ਪਿੰਡ ਭੈਣੀ, ਅਤੇ ਨਾਲ ਉੱਥੇ ਇੱਕ ਬਾਹਮਾ ਪੱਤੀ ਹੈ ਕੋਈ ਉੱਥੋਂ ਦਾ ਪਿੰਡ ਜੋ ਸਾਡੇ ਸੁਣਨ 'ਚ ਆਇਆ, ਪੱਕਾ ਨਹੀਂ ਹੈਗਾ। ਕਿੱਥੇ ਜਾ ਰਹੇ ਸੀ? ਅਸੀਂ ਮੁਕਤਸਰ ਜਾ ਰਹੇ ਸੀ ਸੁਬਹਾ ਗਰਗ ਦੇ ਦਵਾਈ ਲੈਣ, ਉੱਥੇ ਮੈਡੀਸਨ ਚੱਲਦੀ ਇਹਨਾਂ ਦੀ। ਦੇਖੋ ਇਹ ਸੰਗਰੂਰ ਤੋਂ ਇੱਕ ਪਰਿਵਾਰ ਸੀਗਾ, ਇਹ ਸਵੇਰੇ ਜਿਹੜੀ ਮੋਰਨਿੰਗ ਆਪਣੇ ਘਰ ਤੋਂ ਚੱਲੇ ਸੀਗੇ ਤਕਰੀਬਨ 7:45 ਜਿਹੜੀ ਇੱਥੇ ਸ਼ਾਰਪ ਟਰਨ ਤੋਂ ਜਿਹੜੀ ਗੱਡੀ ਡਰਾਈਵਰ ਤੋਂ ਆਊਟ ਆਫ ਕੰਟਰੋਲ ਹੋ ਗਈ, ਜਿਹਦੇ ਨਾਲ ਇਹ ਗੱਡੀ ਦਰਖਤ ਵਿੱਚ ਟਕਰਾ ਕੇ ਜਿਹੜੀ ਥੱਲੇ ਇੱਕ ਦਾਣਾ ਚੱਲੀ ਗਈ, ਜਿਹਦੇ ਵਿੱਚ ਇਸ ਫੈਮਿਲੀ ਦੇ ਵਿੱਚ 4 ਜਿਹੜੇ ਮੈਂਬਰ ਹੈਗੇ ਉਹਨਾਂ ਦੀ ਡੈਥ ਹੋ ਗਈ ਹੈ। ਉਹਦੇ ਵਿੱਚ ਇੱਕ ਬੰਦਾ ਹੈ ਜੀ, ਉਹਦੀ ਘਰਵਾਲੀ ਹੈ, ਉਹਦੀ ਸਿਸਟਰ ਹੈ ਅਤੇ ਸਿਸਟਰ ਦਾ ਬੇਟਾ ਹੈ। ਇੱਕ ਡਰਾਈਵਰ ਜਿਹੜਾ ਹੈਗਾ ਉਹਦੀ ਇਲਾਜ ਵਾਸਤੇ ਜਿਹੜਾ ਸਿਵਲ ਹਸਪਤਾਲ ਵਿੱਚ ਰਹਿੰਦਾ ਜੀ। ਕਿਹੜੇ ਪਿੰਡ ਤੋਂ ਸਰ? ਇਹ ਸੰਗਰੂਰ ਦੇ ਪਿੰਡਾਂ ਦੇ ਵਿੱਚੋਂ ਹੈਗੇ, ਇੱਕ ਭੈਣੀ ਮਹਾਰਾਜ ਦੇ ਹੈਗੇ ਆ, ਇੱਕ ਅਤਰ ਸਿੰਘ ਵਾਲਾ ਪਿੰਡ ਦੇ ਆ। ਅਤਰ ਸਿੰਘ ਜੀ ਭੇਜਿਆ ਜੀ ਪੋਸਟਮਾਰਟਮ ਵਾਸਤੇ। ਜ਼ਖਮੀ ਦਾ ਜਿਹੜਾ ਇਲਾਜ ਹੈਗਾ ਸਿਵਲ ਹਸਪਤਾਲ ਕਿਦਰਵਾ ਕਰਵਾਇਆ ਗਿਆ। ਇਹ ਸੰਗਰੂਰ ਜਿਹੜੇ ਦੁਆਰੇ ਸੀ ਅੱਗੇ ਮੁਕਤਸਰ ਜਾਣਾ ਸੀ, ਇਹਨਾਂ ਨੇ ਕੋਈ ਦਵਾਈ ਲੈਣ ਜੀ, ਅਤੇ ਜਿਹੜਾ ਗੱਡੀ ਚਲਾਉਂਦਾ ਸੀਗਾ ਉਹ ਡਰਾਈਵਰ ਤਾਂ ਬਚ ਗਿਆ, ਅਤੇ ਬਾਕੀ ਜਿਹੜੇ ਪਰਿਵਾਰ ਦੇ 4 ਜੀ ਹੈਗੇ ਆ ਉਹਨਾਂ ਦੀ ਡੈਥ ਹੋ ਗਈ। ਜਾ ਕੇ ਮੁਕਤਸਰ ਜਾ ਰਹੇ ਸੀਗੇ, ਗੱਡੀ ਬੈਲੈਂਸ ਆਊਟ ਹੋ ਗਿਆ ਗੱਡੀ ਦਾ, ਅਤੇ ਡਰੈਕਟ ਵਜਨ ਕਰਕੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਦਾ। ਮੇਰਾ ਨਾਮ ਅਜਵਿੰਦਰ ਕੌਰ ਹੈ, ਮੈਂ ਚੱਕ ਪ੍ਰੇਮਾ ਤੋਂ ਬਿਲੋਂਗ ਕਰਦੀ ਹਾਂ। ਮੈਂ 2018 ਵਿੱਚ +2 ਮੈਡੀਕਲ ਸਟ੍ਰੀਮ ਦੇ ਵਿੱਚ ਕੀਤੀ ਹੈ ਵਿਦ 70% ਮਾਰਕਸ, ਐਂਡ ਮੇਰੇ ਆਈਲਸ ਵਿੱਚ 6.5 ਮਾਰਕਸ ਸੀਗੇ, ਐਂਡ ਮੇਰੀ ਰਿਲੇਟਿਵਸ ਨੇ ਮੈਨੂੰ ਰਿਕਮੈਂਡ ਕੀਤਾ BN ਓਵਰਸੀਜ਼, ਐਂਡ ਤਾਂ ਕਿ ਮੈਂ ਆਪਣਾ ਵੀਜ਼ਾ ਅਪਲਾਈ ਕਰ ਸਕਾਂ। ਸੋ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ BN ਓਵਰਸੀਜ਼ ਸਰਵਿਸਿਜ਼ ਬਹੁਤ ਵਧੀਆ ਲੱਗੀਆਂ, ਐਂਡ ਜਦੋਂ ਮੈਂ ਮੇਰਾ ਵੀਜ਼ਾ ਅਪਲਾਈ ਕੀਤਾ ਸੀਗਾ ਮੈਂ COVID-19 ਦੇ ਵਿੱਚ, ਐਂਡ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਅਤੇ ਅੱਜ ਮੈਂ ਆਪਣਾ ਵੀਜ਼ਾ ਸਟੈਂਪ ਹੋਇਆ ਆਪਣੇ ਮੇਰੇ ਹੱਥ ਵਿੱਚ ਹੈਗਾ ਆ, ਐਂਡ ਮੈਂ ਬਾਕੀਆਂ ਨੂੰ ਵੀ ਰਿਕਮੈਂਡ ਕਰੂੰਗੀ ਕਿ ਇੱਕ ਵਾਰੀ BN ਓਵਰਸੀਜ਼ ਆਓ ਐਂਡ ਆਪਣੇ ਡ੍ਰੀਮਸ ਪੂਰੇ ਕਰੋ। ਜੇ ਤੁਹਾਡੇ ਵਿੱਚ ਵੀ ਹੈ ਲਿਖਣ ਦੀ ਇੱਛਾ ਸ਼ਕਤੀ, ਜੇ ਤੁਹਾਡੇ ਆਲੇ ਦੁਆਲੇ ਵੀ ਹੋ ਰਿਹਾ ਹੈ ਕੁਝ ਗਲਤ, ਜੇ ਤੁਸੀਂ ਵੀ ਚਾਹੁੰਦੇ ਹੋ ਸਮਾਜ 'ਚ ਸੁਧਾਰ ਲੈ ਕੇ ਆਉਣਾ, ਤਾਂ ਸੋਚਦੇ ਕੀ ਹੋ? ਅੱਜ ਹੀ ਜੁੜੋ ਵੌਇਸ ਆਫ ਪੰਜਾਬ ਦੇ ਨਾਲ। ਵੌਇਸ ਆਫ ਪੰਜਾਬ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੱਤਰਕਾਰਾਂ ਦੀ ਲੋੜ ਹੈ। ਸਾਡੇ ਨਾਲ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕਰੋ, 9814400041, 9788000870। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਡਾ ਈਮੇਲ ਆਈਡੀ ਹੈ voiceofpunjabtv@gmail.com।